ਪਤਾ ਲੱਗਾ ਵੀ ਬਾਬਾ ਮਾਲੇ ਖਿਆਕ ਨਾ ਵੀ ਇਹ ਗਾਫਲਾ ਬਣਾ ਕੇ ਕਿਨਾ ਤੇ ਪਾਕਿਸਤਾਨ ਨੂੰ ਚਲੇ ਗਏ ਜਨਵਰੀ ਵਿੱਚ ਛੱਡ ਦਿੱਤੇ ਘਰਵਾਰੇ ਵੀ ਤੇ ਤਾਂ ਦਾਣਾ ਭਾ ਕਾ ਵੀ ਛੱਡ ਦਿੱਤਾ ਕਾਫਲਾ ਸੀ ਆਦਮੋਂ ਇਹਨਾਂ ਨੇ ਕਤਲਾਮ ਘਰ ਛੱਡਿਆ ਇੱਕ ਬੰਦੇ ਦੀ ਆ ਚੌਂ ਵੱਡੀ ਜੇ ਪੁੱਛਿਓ ਆ ਨਾੜ ਆ ਆੜੀ ਗਈ ਅੱਛਾ ਉਹ ਆਈ ਹੱਥ ਦੇ ਕੇ ਕਹਿਣਾ ਭੱਜ ਜਾਵੇ ਅਲੈਕੁਮ ਅਾਂ ਜੀ ਵਾਲੈਕੁਮ ਅਸਲਾਮ ਕੀ ਹਾਲ ਹੈ ਮਾਂ ਜੀ ਬੜੇ ਚੰਗੇ ਨੇ ਮਾ ਜੀ ਆ ਤੁਹਾਡੇ ਵਾਸਤੇ ਇੱਕ ਤੋਹਫਾ ਲਿਆਂਦਾ ਬismillah ਛੱਤ ਬismillah ਅਸਲਾਮੁਅਲੈਕਮ ਜੀ ਅੱਜ ਮੈਂ ਤੁਹਾਡੀ ਮੁਲਾਕਾਤ ਨਿਆਜ਼ ਬੀਬੀ ਨਾਲ ਕਰਾ ਰਿਹਾ ਹਾਂ ਇਹ ਮਾਂ ਉਸ ਵਕਤ ਦੀ ਬੱਚੀ ਸੀ ਜਦੋਂ ਪੰਜਾਬ ਦਾ ਵਟਵਾਰਾ ਹੋਇਆ ਔਰ ਉਹ ਪੰਜਾਬ ਜਿਹੜਾ ਚੜਦਾ ਲੈਂਦਾ ਹੁਣ ਵੱਜਦਾ ਜਦੋਂ ਕਿ ਪਹਿਲੇ ਸਿਰਫ ਇੱਕੋ ਹੀ ਪੰਜਾਬ ਸੀ ਇਸ ਪੰਜਾਬ ਦੇ ਕੋਈ ਹੱਦਬੰਦੀ ਨਹੀਂ ਸੀ ਲੇਕਿਨ ਵਟਵਾਰੇ ਦੇ ਨਾਲ ਚੜਦਾ ਪੰਜਾਬ ਤੇ ਲੈਂਦਾ ਪੰਜਾਬ ਅਲੈਦਾ-ਅਲੈਦਾ ਹੋਏ ਲੇਕਿਨ ਅਲੈਦਾ-ਅਲੈਦਾ ਤਾਂ ਜ਼ਰੂਰ ਹੋ ਗਿਆ ਲੇਕਿਨ ਉਹਨਾ ਪੰਜਾਬ ਵਿੱਚ ਰਹਿਣ ਵਾਲੇ ਲੋਕਾਂ ਦਾ ਮੁਹੱਬਤ ਤੇ ਪਿਆਰ ਹਜੇ ਵੀ ਏਕਾ ਆਓ ਇਹਨਾਂ ਮਾਂ ਜੀ ਦੇ ਨਾਲ ਗੱਲ ਸੁਣਦੇ ਹਾਂ ਕਿ ਉਸ ਵਕਤ ਕੀ ਮੁਹੱਬਤ ਪਿਆਰ ਇੱਕ ਸੀ ਜਿਹਦੀਆਂ ਯਾਦਾਂ ਹਜੇ ਤੱਕ ਇਹ ਨਹੀਂ ਭੁੱਲੇ ਮਾਂ ਜੀ ਆਪਣਾ ਕੀ ਨਾਮ ਆ ਨਿਆਜ਼ਾਂ ਤੇ ਆਪਣੇ ਬਾਪ ਦਾ ਕੀ ਨਾਮ ਆ ਜੀ ਤੁਹਾਡੇ ਅੱਬੇ ਦਾ ਸਰਦਾਰ ਹਨੀ ਤੇ ਮਾਂ ਜੀ ਆਪਣੀ ਮਾਂ ਦਾ ਕੀ ਨਾਮ ਮੇਰਾ ਠੀਕ ਆ ਤੇ ਦਾਦੀ ਦਾਦੇ ਦਾ ਨਾਮ ਯਾਦ ਆ ਜੀ ਹਾਂ ਦੱਸਣਾ ਕੀ ਆ ਰੋਸ਼ਨ ਬੀਬੀ ਦਾਦੀ ਜੀ ਮੰਦਾ ਦਾਦਾ ਦਾਦਾ ਜੀ ਦਾ ਨਾਮ ਦਾਦਾ ਜੀ ਠੀਕ ਆ ਤੇ ਆਪਣਾ ਪਿੰਡ ਕਿਹੜਾ ਸੀ ਉੱਥੇ ਟਿੱਬੀ ਰੰਗ ਵਾਲੀ ਰੰਗ ਵਾਲੀ ਟਿੱਬੀ ਤੇ ਤਹਿਸੀਲ ਕਿਹੜੀ ਸੀ ਉਸ ਵਕਤ ਉਸ ਵਕਤ ਤਸੀਂ ਜੀ ਆਇਆ ਠੀਕ ਆ ਮਾਂ ਜੀ ਜ਼ਿਲ੍ਹਾ ਫਿਰੋਜ਼ਪੁਰ ਸੀ ਤੁਹਾਡਾ ਜ਼ਿਲ੍ਹਾ ਫਿਰੋਜ਼ਪੁਰ ਠੀਕ ਆ ਜੀ ਮਾਂ ਜੀ ਜਦੋਂ ਉੱਜੜ ਕੇ ਤੁਸੀਂ ਆਏ ਆ ਉਦੋਂ ਤੁਹਾਡੀ ਕਿੰਨੀ ਉਮਰ ਸੀ 10-12 ਸਾਲ ਹੋ ਮਣੀਏ 10-12 ਸਾਲ ਆਹੋ ਬਿਜਾ 10 ਸਾਲ ਘੱਟ ਜਾ ਵਾਦ ਠੀਕ ਆ ਮਾਂ ਜੀ ਤੇ ਉਹ ਵਕਤ ਤੁਹਾਨੂੰ ਯਾਦ ਆ ਸਾਰਾ ਹਾਂ ਯਾਦ ਹੈ ਕਿਸ ਤਰ੍ਹਾਂ ਅਜਾੜਾ ਪਿਆ ਯਾ ਕਿਸ ਤਰ੍ਹਾਂ ਕਿਹੜੇ ਕਿਹੜੀ ਮੁਸੀਬਤਾਂ ਦੇ ਨਾਲ ਤੁਸੀਂ ਇੱਥੇ ਪਹੁੰਚੇ ਆ ਤੇ ਕਿਸ ਕਿਸ ਹਾਲਤ ਜਾਂ ਕਿਸ ਤਰ੍ਹਾਂ ਤੁਸੀਂ ਉੱਥੇ ਰਹਿੰਦੇ ਸੀ ਜ਼ਰਾ ਬਚਪਨ ਆਪਣਾ ਸਾਨੂੰ ਦੱਸੋ ਅੱਛੀ ਗੱਲ ਅਸੀਂ ਜਦੋਂ ਵਾਸਦੇ ਸੀ ਜੀ ਜੀ ਇਧਰ ਦੇ ਪਾਸੇ ਨਹਿਰ ਸੀਗੀ ਅੱਛਾ ਨਹਿਰ ਦਾ ਕੋਈ ਨਾਮ ਯਾਦ ਆ ਮਾਂ ਜੀ ਨਹਿਰ ਨਹੀਂ ਆ ਬੁੱਢਾ ਦਰਿਆ ਜਿਹੜਾ ਬਬਾਜਦਾ ਹੈ ਕਿ ਨਾ ਹਾਂਜੀ ਇਹ ਹੈ ਕਿ ਇਹਨਾਂ ਦੇ ਦੂਰ ਦੇ ਸੰਨ ਦੇ ਵਿੱਚ ਜੀ ਜੀ ਸਾਡੀਆਂ ਉੱਥੇ ਸੀ ਜੇ ਦੋ ਚੜਾ ਮਨੇ ਕਿ ਨਾ ਜੀ ਉਦੋਂ ਪਾਣੀ ਦੇ ਨਾਲ ਕੋਈ ਟਾਈ ਜਾ ਨਾ ਕੋਈ ਉੱਚੀ ਥਾਂ ਤੇ ਖੜੇ ਰਹਿ ਜਾ ਨਾ ਮੁੜ ਕੇ ਫੇਰ ਤੁਮ ਮੈਨੇ ਕੋ ਕੱਚੇ ਲਾ ਕੋ ਪੱਕੇ ਦਾ ਬਣਾ ਕੇ ਅਸ਼ਕਾ ਦੀ ਮਾਲ ਪਸ਼ੂ ਜਰਾ ਮਨਾ ਉਹ ਕੁੰਡਾ ਚ ਚਰ ਕੇ ਘਰ ਆ ਜਾਣਾ ਠੀਕ ਉਹ ਜਦੋਂ ਉਜਾਰੇ ਪੈਣ ਨਾ ਪਹਿਲਾਂ ਦੁਨੀਆ ਤੇ ਰਵਾ ਪੈਣ ਲਾਗ ਪਾਏ ਬਈ ਦੁਨੀਆ ਇਹ ਤੋਂ ਜਰ ਜਵੇ ਏ ਹਿੰਦਸਤਾਨਾ ਤੇ ਪਾਕਿਸਤਾਨਾ ਬਾਇਨਾ ਹੈ ਠੀਕ ਆ ਮਾਂ ਜੀ ਆਪਣਾ ਪਿੰਡ ਕਿਹੜਾ ਸੀ ਟਿੱਬੀ ਠੀਕ ਆ ਉਹ ਟਿੱਬੀ ਹਾਂ ਕਿਹੜੀ ਟਿੱਬੀ ਸੀ ਕਿਹੜੇ ਪਿੰਡ ਦੀ ਸੀ ਇਹ ਪਿੰਡ ਨਹੀਂ ਸੀ ਜੀ ਹਾਂਜੀ ਸਾਡੇ ਉਧਰ ਦੇ ਪਾਸੇ ਕਿ ਨਾ ਜਿੱਥੇ ਬੈਗੇ ਕਿਨਾਰ ਟਿੱਬੀ ਏ ਜੋ ਗਿਆ ਏ ਠੀਕ ਆ ਜੀ ਅਗਾ ਮੁੰਡੀ ਏ ਅਗਾ ਥੱਲੇ ਬੈਂਦੇ ਇਹ ਆਪਣੇ ਟਿੱਬੀ ਦੇ ਨਾਲ ਨਾਲ ਪਿੰਡ ਸੀ

ਤੇ ਉਹ ਵਕਤ ਤੁਹਾਨੂੰ ਯਾਦ ਆ ਮੁਹੱਬਤ ਪਿਆਰ ਵਾਲਾ ਜਿਹੜਾ ਤੁਸੀਂ ਦੱਸਦੇ ਆ ਕਿ ਬਚਪਨ ਉਹ ਕਿਸ ਤਰ੍ਹਾਂ ਦਾ ਕੱਢਿਆ ਤੁਸੀਂ ਕਿਸ ਤਰ੍ਹਾਂ ਰਹਿੰਦੇ ਸੀ ਜਰਾ ਸਾਨੂੰ ਦੱਸੋ ਜਦੋਂ ਉੱਥੋਂ ਜੁੜੇ ਹੈ ਹਾਂਜੀ ਨਹੀਂ ਉੱਜੜਨ ਤੋਂ ਤੁਸੀਂ ਰਹਿੰਦੇ ਕਿਸ ਤਰ੍ਹਾਂ ਸੀ ਇਹ ਕਿਸੇ ਜਿਵੇਂ ਜਾਨ ਜ਼ਿੰਮੇਦਾਰ ਸੀ ਤੁਹਾਡਾ ਤੁਹਾਡੇ ਮਾਪੇ ਦਾ ਤੇ ਤੁਸੀਂ ਕੰਮਕਾਰ ਕਰਨ ਜਾਂਦੀਆਂ ਸੀ ਆਪਣੇ ਮਾਪੇ ਦੇ ਨਾਲ ਖੇਤਾਂ ਵਿੱਚ ਖਿਆ ਹੋਰ ਕਰਦੇ ਹੁੰਦੇ ਸੀ ਉਦੋਂ ਉਹ ਕਣਕ ਵੀ ਜੀ ਅੱਛਾ ਕਿਉਂ ਨਾ ਲਾ ਅੱਛਾ ਮੈਂ ਕਹ ਇਹ ਵੀ ਜੀ ਕਮਾ ਦੇ ਇਹ ਸਾਰੀਆਂ ਫਸਲਾਂ ਮਾਂ ਉੱਥੇ ਹੁੰਦੀਆਂ ਸੀ ਸਾਰੀਆਂ ਫਸਲਾਂ ਤੇ ਆਪਣੇ ਜਿਹੜੀਆਂ ਫਸਲਾਂ ਹੁੰਦੀਆਂ ਸੀ ਜ਼ਮੀਨ ਨਹਿਰੀ ਸੀ ਪਾਣੀ ਜਾਂ ਖੂਹਾਂ ਦਾ ਪਾਣੀ ਸੀ ਜਿਹੜਾ ਤਾਂ ਸੀ ਕਿ ਨਾ ਜੀ ਉਹ ਇਹ ਵਾਜਦਾ ਸੀਗਾ ਕੋਈ ਹਾੜ ਅੱਛਾ ਜੀ ਕੋਈ ਬੁਤਾੜ ਠੀਕ ਆ ਜੀ ਜਿਹੜਾ ਤਾਂ ਗੱਲਾ ਪਾਸਾ ਹੋ ਗਿਆ ਉਹ ਢਾੜ ਹੋ ਗਿਆ अच्छा जी अजाड़ा ਮਾ ਪਾਥਾ ਹੋ ਗਿਆ 88 ਠੀਕ ਆ ਜੀ ਇਹ 68 ਤੇ 88 ਵਜਦਾ ਹੁੰਦਾ ਸੀਗਾ ਠੀਕ ਆ ਜੀ ਹਾਂ ਜੇ ਤਾਂ ਪਾਣੀ ਪੰਪਾ धरो ਆ ਜਾਣਾ ਅੱਧਾ ਜਾ ਚੜ ਜਾਣਾ ਹਾਂਜੀ ਤੇ ਬਿਜੀਆਂ ਫਸਲਾਂ ਵੀ ਮਾਦਿਆਂ ਦੀਆਂ ਸੀ ਜੇ ਜਾਬ ਹੈ ਕਿ ਨਾਲੇ ਉਹ ਕੋਠੇ ਪੜੀ ਜਾਂਦਾ ਉਹ ਤਾਂ ਮਾ ਜੀ ਜਦੋਂ ਹਾਰਡ ਆਂਦਾ ਸੀ ਪਾਣੀ ਜ਼ਿਆਦਾ ਆਂਦਾ ਸਾਫਦਰ ਫਸਲਾਂ ਖਰਾਬ ਹੋ ਜਾਂਦੀਆਂ ਸੀ ਮਰ ਜਾਂਦੀਆਂ ਸੀ ਹਾਂ ਤੁਸੀਂ ਕਿੰਨੇ ਭੈਣ ਭਾਈ ਸੀ ਜਦੋਂ ਅਜਾੜਾ ਪਿਆ ਜਦੋਂ ਤੁਸੀਂ ਇੱਧਰ ਪਾਕਿਸਤਾਨ ਆਏ ਆ ਚਾਰ ਠੀਕ ਆ ਜੀ ਦੋ ਭਾਇਆ ਦੋ ਭਰਾ ਦੋ ਭਰਾ ਤੁਹਾਡੀ ਤੁਸੀਂ ਸਭ ਤੋਂ ਛੋਟੇ ਸੀ ਜਾਂ ਵੱਡੇ ਸੀ ਮੈਂ ਸਾਰਿਆਂ ਤੋਂ ਵੱਡੀ ਅੱਛਾ ਤੁਸੀਂ ਆਪਣੇ ਭੈਣ ਭਾਈਆਂ 'ਚ ਸਭ ਤੋਂ بڑے ਭੈਣ ਭਾਈਆਂ 'ਚ ਸਭ ਤੋਂ بڑا ਨੰਬਰ ਸੀ ਤੁਹਾਡਾ ਪਹਿਲਾ ਹਾਂ ਤੇ ਮਾਂ ਜੀ ਤੁਸੀਂ ਜਦੋਂ ਖੇਡਦੇ ਹੁੰਦੇ ਸੀ ਆਪਣੇ ਪਿੰਡ ਦੇ ਵਿੱਚ ਹਾਂ ਮੁਸਲਮਾਨ ਸਾਰੇ ਘਰ ਪਿੰਡ ਸੀ ਆਪਣਾ ਜਾਂ ਹਿੰਦੂ ਨੇ ਸਿੱਖਾਂ ਦਾ ਘਰ ਵੀ ਸੀ ਇਹ ਅਖੀ ਪੰਜ ਗੱਡੇ ਨੇਰੇ ਨੇਰੇ ਘਰ ਸਨ ਨਾ ਹਾਂਜੀ ਇਧਰ ਸਿੱਖ ਕੋਈ ਨਹੀਂ ਸੀ ਤੁਹਾਡੇ ਇਲਾਕੇ ਸਰਦਾਰ ਨਹੀਂ ਸੀ ਹਾਗੇ ਨਹੀਂ ਤੇ ਹਿੰਦੂਆਂ ਦੇ ਘਰ ਵੀ ਹਾਗੇ ਸੀ ਤੁਹਾਡੇ ਪਿੰਡ ਚ ਨਾ ਤੇ ਜਿਹੜੇ ਕਾਰ ਕਰਨੇ ਵਾਲੇ ਬੰਦੇ ਸੀ ਉਹ ਸਾਰੇ ਮੁਸਲਮਾਨ ਸੀ ਕੰਮ ਕਾ ਚੂੜੇ ਸੀ ਉਹਨਾਂ ਦਾ ਕੋਈ ਨਾਮ ਯਾਦ ਆ ਹਾਂ ਦੱਸਣਾ ਕੀ ਨਾਮ ਆ ਗੋਹਲ ਗੋਹਲ ਹਾਂ ਅੱਛਾ ਕੰਪਿਊਟਰ ਠੀਕ ਹੈ ਚੂੜਾ ਖਾਨ ਚੂੜਾ ਅੱਛਾ ਮੰਨਾ ਚੂੜਾ ਮੰਨਾ ਚੂੜਾ ਹਾਂ ਠੀਕ ਹੈ ਇਹ ਹਿੰਦੂ ਸੀ ਇਹ 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 ਚੂੜੇ ਸੀ ਕਹਾਂਦੇ ਸੀ ਇਹ ਅੱਛਾ ਇਹ ਵੀ ਜਾਨੀ ਦਾ ਇਹਨਾਂ ਦਾ ਮਜੇ ਬਿਜਰਾ ਇਹਨਾਂ ਦਾ ਕਲਾ ਕਲਾ ਯਾਰ ਅਲੱਗਾ ਸੀਗਾ ਤੇ ਵੀ ਤੁਮੂੰ ਨਾਲ ਕੋਈ ਹਾਂਜੀ ਦੇ ਵੀ ਦੇਣਾ ਹੋ ਗਿਆ ਨਾ ਉਹਨਾਂ ਨੇ ਆਪਦੇ ਮਜਬੂਰ ਦੇ ਵਿੱਚ ਦੇਣ ਤਾਂ ਅਸੀਂ ਆ ਗਏ ਠੀਕ ਆ ਇਹ ਮਾਂ ਜੀ ਤੁਹਾਡੇ ਕੰਮਕਾਰ ਕਰਦੇ ਹੁੰਦੇ ਸੀ ਇਹ ਤੁਹਾਡੀ ਰੋਟੀ ਜਾਂ ਖਾਣਾ ਪੀਣਾ ਖਾ ਲੈਂਦੇ ਸੀ ਤੁਹਾਡੇ ਨਾਲ ਸਾਡਾ ਖਾ ਲੈਂਦੇ ਸੀ ਤੁਸੀਂ ਨਹੀਂ ਸੀ ਖਾਂਦੇ ਜਿਹੜਾ ਇਹਦਾ ਤੁਸੀਂ ਨਾਮ ਬੋਲਿਆ ਹਾਂ ਉਹ ਆਪਣੇ ਪਿੰਡ ਦੇ ਸੀ ਹਾਂ ਪਿੰਡ ਦੇ ਤੇ ਵਾਗਾ ਚੂੜਾ ਵੀ ਸੀ ਤੁਹਾਡੇ ਪਿੰਡ ਦਾ ਸੁਣਿਆ ਹਾਂ ਬੇ ਪਿੰਡ ਦਾ ਉਹਨਾਂ ਦਾ ਤੁਹਾਡੇ ਨਾਲ ਮੁਹੱਬਤ ਪਿਆਰ ਬੱਚਿਆਂ ਤਰ੍ਹਾਂ ਕਰਦੇ ਹੁੰਦੇ ਸੀ ਤੁਹਾਡੇ ਨਾਲ ਬਾ ਜੇ ਬਾਹਰ ਜਾਣਾ ਹੈ ਹਾਂਜੀ ਹਾਂਜੀ ਜਾਂ ਖੇਡਣਾ ਹੈ ਜੀ ਜੀ ਨਹੀਂ ਕਿ ਸਾਈ ਕਰਨਾ ਕੋਈ ਬੰਡਵਾਂਡ ਨਹੀਂ ਬੰਨਣਾ ਪਾਵਨੇ ਠੀਕ ਆ ਤੂੰ ਅਜੇਰ ਉੱਥੇ ਜਾ ਜਾ ਅਜੇਰ ਵੇ ਇਹ ਤਾਂ Hindu Musalman ਦੀ ਜਿਹੜੀ ਜਦੋਂ ਆਪ ਦਾ ਮਜਬੂਤ ਬਹਿ ਕੇ ਆਵੇ ਕਿ ਨਾ ਹਾਂਜੀ ਹਾਂਜੀ ਉਦੋਂ ਵੰਡ ਹੁੰਦੀ ਏ ਨਹੀਂ ਤਾਂ ਸਾਰੇ ਇੱਕੋ ਪੁੱਛੇ Hindu ਹੋਏ ਕਿ Musalman ਹੋਇਆ ਕਿ ਖੱਤਰੀ ਹੋਇਆ ਜੀ ਜੀ ਕਿ ਮੱਚ ਸਾਰੀ ਮਗਦਾ ਦੇ ਰਾਕੇ ਭਾਈ ਜੇ ਬੇ ਇਹ ਉਦੋਂ ਤੁਸੀਂ ਕਹਿੰਦੇ ਕਿ ਯਾਨੀ ਮੁਹੱਬਤ ਸਾਰੀ ਇੱਕ ਸੀ ਹਾਂ ਉਦੋਂ ਕੋਈ ਨਹੀਂ ਸੀ ਮذਹਬ ਜਾਂ ਤਫਰੀਕ ਨਹੀਂ ਸੀ ਕਿ ਫਲਾਣ ਦਾ ਬੱਚਾ ਜਾਂ ਫਲਾਣ ਦਾ ਬੰਦਾ ਸਿਰਫ ਮੁਹੱਬਤ ਮੁਹੱਬਤ ਸੀ ਇਸੇ ਤਰ੍ਹਾਂ ਹੀ ਆ ਜੀ ਹਾਂ ਠੀਕ ਆ ਉਸ ਵਕਤ ਤੁਸੀਂ ਖੇលਦੇ ਹੁੰਦੇ ਸੀ ਕਿਹਨਾਂ ਕੁੜੀਆਂ ਨਾਲ ਖੇលਦੇ ਹੁੰਦੇ ਸੀ ਮੇਰੀ ਗੱਲ ਆਪਣੇ ਹਾਂ ਦੀਆਂ ਕੁੜੀਆਂ ਨਾਲ ਆਪਣੇ ਆਂਦੇ ਕੋਂਦੇ ਹੁਣ ਤਾਂ ਵੰਡ ਪਈ ਨਾ ਹਾਂਜੀ ਖੇਡਾਂ ਲਾ ਫੇ ਮੇ ਕਿ ਮੁੰਡੇ ਫੜਾ ਲੱਗੇ ਖੇਡੀ ਜਾਂਦਾ ਵਿਚੀ ਅੱਛਾ ਖੇਡੀ ਜਾਂਦਾ ਕੋਈ ਪਿਆਰ ਮੁਹੱਬਤ ਆ ਹੋਂ ਵਰਗੀ ਹੈ ਨਹੀਂ ਯਾਨੀ ਤੁਸੀਂ ਇਹ ਕਹਿੰਦੇ ਕਿ ਕੁੜੀਆਂ ਵੀ ਤੇ ਮੁੰਡੇ ਵੀ ਸਾਰੇ ਭੈਣ ਭਾਈ ਬਣ ਕੇ ਖੇਲਦੇ ਸੀ ਖੇਡੀ ਜਾਂਦਾ ਕੋ ਕਿਦਾਂ ਲ ਖੇਡੀ ਜਾਏ ਖੁੱਲੀਆਂ ਜੂਆ ਹੁੰਦੀਆਂ ਥੀਆਂ ਹਾਂਜੀ ਕਿਹੜੇ ਠਾ ਕੋਈ ਸੀ ਉਹ ਰੇਤੋਂ ਸੀ ਕਾ ਇਹ ਅਹੀਂ ਪਹੁੰਚ ਜਾਂਦਾ ਕੋਈ ਅਹੀਂ ਪਹੁੰਚ ਜਾਂਦਾ ਕੋਈ ਨਹੀਂ ਪਹੁੰਚ ਜਾਂਦਾ ਕੋਈ ਅਹੀਂ ਪਹੁੰਚ ਜਾਂਦਾ ਲੁਕਮ ਜਾਈਆਂ ਖੇਡਨੀਆਂ ਉਹ ਜੋ ਬਾਡੀਆਂ ਲਾ ਕੇ ਖੇਡਨੀਆਂ ਗੋ ਪੁੱਠਿਆ ਸ਼ਾ ਮੁੰਡਿਆਂ ਨਾਲ ਮਾਰ ਮਾਰ ਕੇ ਖੇਡੇ ਨੀ ਜਿਵੇਂ ਬੋਲੀ ਕਰਕੇ ਦਿੰਦੇ ਅੱਛਾ ਯਾਨੀ ਕਲਾਬਾਜ਼ੀਆਂ ਵੀ ਤੁਸੀਂ ਕੋ ਮਾਰਦੇ ਹੁੰਦੇ ਸੀ ਬਚਪਨ ਵਿੱਚ ਕਿਵੇਂ ਜਿਹੜੀ ਤਿੱਬੀ ਰੰਗ ਵਾਲੀ ਜੋਗੇ ਵਾਲੇ ਵਿੱਚ ਸੀ ਤੁਹਾਡਾ ਪਿੰਡ ਇਹ ਜੋਗੇ ਵਾਲਾ ਸੀ ਇਹਦੇ ਵਿੱਚ ਤੁਸੀਂ ਰਹਿੰਦੇ ਹੁੰਦੇ ਸੀ ਤੇ ਤੁਹਾਡਾ ਨਾਨਕਾ ਪਿੰਡ ਕਿਹੜਾ ਸੀ ਨਾਨਕਾ ਪਿੰਡ ਹੀ ਵੀ ਤਿੱਬੀ ਜੀ ਅੱਛਾ ਆਪਣੇ ਪਿੰਡ ਵਿੱਚ ਹੀ ਨਾਨਕੇ ਸੀ ਨਹੀਂ ਇੱਥੇ ਨਾਨਕੇ ਸੀ ਏ ਹਾਂਜੀ ਦਾਦਕੇ ਤੇ ਨਾਨਕੇ ਇਕੋ ਹੀ ਸੀ ਆਛਾ ਔਰ ਆ ਆਦਾ ਕਿਹਨੇ ਕਰੀ ਜੀ ਆ ਨਾਨਕਿਆਂ ਦਾ ਕਰ ਠੀਕ ਆ ਨਾਲ ਨਾਲੇ ਸੀ ਯਾਨੀ ਤੁਹਾਡੇ ਵਾਲਦ ਸਾਹਿਬ ਦੀ شادی ਨਾਲੇ ਹੋਈ ਸੀ ਨਹੀਂ ਤੇ ਨਾਨਕਿਆਂ ਦੇ ਤੁਸੀਂ ਸੁੱਭੋ ਸ਼ਾਮ ਗੇੜਾ ਇਲਾ ਹੀ ਰੱਖਦੇ ਸੀ ਗੇੜਾ ਸਾਫਦਾਰ ਮਾਂ ਜੀ ਹਮੇਸ਼ਾ ਹੀ ਗੇੜਾ ਹਾਂਜੀ ਹਾਂ ਤੇ ਮਾਂ ਜੀ ਉਸ ਵਕਤ ਤੁਹਾਡੇ ਘਰਾਂ ਦੇ ਆਲ ਦੋਲੇ ਕਿਹੜੇ ਕਿਹੜੇ ਘਰ ਸੀ ਨਾਮ ਦੱਸੋ ਜਰਾ ਸ਼ਾਦੀਨ ਅੱਛਾ ਇਹਨੂੰ ਨਥਾ ਚੰਡਾ ਇਹ ਤਾਂ ਫੀਨੀ ਇਹ ਐਥੇ ਪਾਸੇ ਇਹ ਆਪਣੇ ਸਾਰੇ ਪੱਟੀ ਬ੍ਰਦਰ ਦੇ ਸੀ ਹਾਂ ਪੱਟੀ ਪੱਟੀ ਸੀ ਠੀਕ ਆ ਇਹ ਇਹ ਨਾਨਕਿਆਂ ਦੇ ਨੇ ਅੱਛਾ ਤੁਹਾਡੇ ਨਾਨਕਿਆਂ ਦੇ ਨਾਮ ਆ ਜਗੱਤਾ ਰੰਗ ਸਿਆਦਿਆ ਇਹ ਦਾਦਕਿਆਂ ਆ ਅੱਛਾ ਇਹ ਤੁਹਾਡੇ ਦਾਦਕੇ ਸੀ ਕੀ ਤੁਸੀਂ ਸਕੂਲੇ ਗਏ ਆਂ ਪੜ੍ਹੇ ਆਂ ਨਹੀਂ ਪੁੱਤੋ ਸਕੂਲ ਅਲੱਗ ਹੋਏ ਨਹੀਂ ਸੇ ਦਸਤਾਂਦ ਵਿੱਚ ਨੇੜੇ ਤੇਰੇ ਕਿਤੇ ਅੱਛਾ ਆ ਨਾ ਮਹੂ ਤੋਂ ਇਹੋ ਫੇਰਾ ਹਾਲ ਚਲਾ ਪਿਆ ਜਿڏੀ ਇਹ ਦਿੱਲੀ ਦੁਨੀਆ ਉਧਰ ਜਾਣੀ ਉਧਰ ਦੀ ਦੁਨੀਆ ਇੱਧਰ ਆ ਸਹੀ ਯਾਨੀ ਤੁਸੀਂ ਇਹ ਕਹਿ ਰਹੇ ਕਿ ਜਿਹੜਾ ਚੜਦਾ ਪੰਜਾਬ ਐ ਇਸ ਟਾਈਮ ਵਜਦਾ ਉਹਨੇ ਲੈੰਦੇ ਪੰਜਾਬ ਆ ਜਾਣਾ ਤੇ ਜਿਹੜੇ ਲੈੰਦੇ ਵਾਲੇ ਆ ਗੈਰ ਮੁਸਲਮ ਉਹਨਾਂ ਨੇ ਚੜਦੇ ਪੰਜਾਬ ਵਿੱਚ ਚੱਲ ਜਾਣਾ ਜਿੱਥੇ ਤੁਸੀਂ ਰਹਿੰਦੇ ਯਾਨੀ ਇੱਕ ਤਬਾਦਲਾ ਹੋ ਜਾਣਾ ਹਾਂ ਏ ਮੀਨਾ ਸ਼ਮਨ ਦਾ ਫਿਕਰ ਅੱਛਾ ਤੇ ਜੇ ਨਾ ਆ ਜਲਾ ਪੈ ਗਿਆ ਕਿ ਨਾ ਤੇ ਆਏ ਲੋਕੀ ਲਗੀ ਉਜੜਨਾ ਠੀਕ ਆ ਜੀ ਕੋਈ ਤਾਂ ਫੱਟ ਕੇ ਤਾਂ ਰਿਆਤ ਵਾਲੀ ਫੱਟ ਗਈ ਜਾਂ ਦੇਲੀ ਅੱਛਾ ਯਾਨੀ ਤੁਸੀਂ ਕਹਿੰਦੇ ਕੁਝ ਬਾਵਲਨਗਰ ਵਾਲੀ ਸਾਈਡ ਨੂੰ ਲੋਕ ਆ ਰਹੇ ਸੀ ਹਾਂ ਬਾਵਲਨਗਰ ਵਾਲੀ ਸਾਈਡ ਨੂੰ ਲੋਕ ਆ ਰਹੇ ਸੀ रियासत जेड़ा لفظ ਬੋਲਿਆ ਤੁਸੀਂ ਹਾਂਜੀ ਜਿਹਨੂੰ ਰਿਆਸਤ ਠੀਕ ਆ ਜੀ ਉਹ ਜਦੋਂ ਗਾਇਕੇ ਨਾਥ ਉਥੋਂ ਦੇ ਰਹੂ ਸੇਖੂ ਉਧਰ ਦੇ ਪਾਸੇ ਸੇਖ ਬਹੁਤ ਸੀਗਾ ਤੁਹਾਡੇ ਵਾਲੇ ਪਾਸੇ ਨਹੀਂ ਪਾਰਲੇ ਪਾਸੇ ਰਿਆਸਤ ਵਾਲਾ ਅੱਛਾ ਜੀ ਰਿਆਸਤ ਵਾਲੀ ਸੀ ਠੀਕ ਆ ਜੀ ਉਧਰ ਰਾਥੇ ਰਾਇਕੇ ਨਾਥੇ ਮੁੜ ਕੇ ਫੇਰ ਲੋਨਾ ਆਖੇ ਬਾਬਾ ਪਤਾ ਲੱਗਾ ਵੀ ਬਾਬਾ ਮਾਲੇ ਖਿਆਕ ਨਾ ਵੀ ਇਹ ਗਾਹਲਾ ਬਣਾ ਕੇ ਕਿਨਾਰੇ ਪਾਕਿਸਤਾਨ ਨੂੰ ਚਲੀ ਗਏ ਯਾਨੀ ਤੁਸੀਂ ਇਕੱਠੇ ਹੋ ਗਏ ਬਾਬੇ ਮਾਲੇ ਸ਼ਾਹ ਚ ਹਾਂ ਸਾਰੇ ਲੋਕ ਸਾਰੇ ਜਿੰਨੇ ਸੀ ਕਿ ਨਾ ਹਾਂਜੀ ਦੋ ਤਿੰਨ ਮੀਲਾਂ ਦੇ ਵਿੱਚ ਕਿ ਨਾ ਆਦਮ ਜਿਹੜਾ ਬਹਿ ਗਿਆ ਬਾਈਕੇ 'ਕੇ ਨਾ ਜਦੋਂ ਟੁਰਨ ਲੱਗੇ ਨਾ ਮਹੂ ਪਿਛਾਈ ਹੈ ਜੀ ਠੀਕ ਆ ਮਹੂਤ ਫਟਾਗੜਾ ਫਟੇਗੜੇ ਨਾ ਕਿ ਨਾ ਹਾਂਜੀ ਉਹਦੇ ਕੋਲ ਲਾ ਕੇ ਕਿ ਨਾ ਗਾਫਿਲ ਹੈ ਦੁਨੀਆ ਜੜਾ ਕੋ ਵੀ ਉਹਦੇ ਨਾਲ ਫਸੇ ਸੀ ਉਹ ਵੀ ਆ ਕਿ ਬੈ ਗਿਆ ਜੜੇ ਦੇ ਨਾਲ ਫਸੇ ਸੀ ਉਹ ਵੀ ਆ ਕਿ ਬੈ ਗਿਆ ਇਹ ਕਿਸਾਨ ਬੈ ਗਿਆ ਨਾ ਕਿਥੇ ਨਾ ਮਾਲਕੋ ਮਾਲ ਜਿਹੜਾ ਮਾਂ ਸੀ ਲੋਕਾਂ ਕੋ ਵੀ ਵੀ ਫਸੂ ਸੀ ਜਾਨਵਰ ਡੰਗਰ ਸੀ ਤੋਂ ਵੀ ਵੀ ਹਾਂ ਘਰ ਦੇ ਰੱਖੇ ਹੋਏ ਘਰ ਦੇ ਰੱਖੇ ਹੋਏ ਅੱਛਾ ਉਹ ਹੈਗਾ ਸੀ ਜਿਆਦਾ ਕਾਟੇ ਵੱਡੇ ਵਿੱਚ ਛੱਡ ਦੇ ਨਾ ਉਹ ਤੁਸੀਂ ਲਿਆਏ ਨਾਲ ਉਦੋਂ ਜਦੋਂ ਰਸੇ ਲਾ ਕੇ ਕਿਉਂ ਅਗਵਾਰਾ ਘਾਟੀ ਤੁਸੀਂ ਜਾਨਵਰ ਆਪਣੇ ਛੱਡ ਦਿੱਤੇ ਨਾਲ ਨਹੀਂ ਲਿਆਂਦੇ ਹਾਂ ਅੱਛਾ ਜਨਵਰ ਵੀ ਛੱਡ ਦਿੱਤੇ ਘਰ ਬਾਰ ਵੀ ਤਾਂ ਚਾਹ ਦਾਣਾ ਫਾਕਾ ਵੀ ਛੱਡ ਦਿੱਤਾ ਸੋਨਾ ਚਾਂਦੀ ਜਿਹੜਾ ਸੀ ਕਿ ਨਾ ਹਾਂਜੀ ਇਹ ਅਸੀਂ ਚੱਕ ਲਈ ਸੋਨਾ ਚਾਂਦੀ ਲੈ ਆਂਦਾ ਦਾਣੇ ਨਹੀਂ ਲੈਂਦੇ ਨਹੀਂ ਨਹੀਂ ਅਜੇ ਤਾਂ ਇੱਥੇ ਪਿਛਾ ਇਕੱਠੇ ਹੀ ਹੁੰਨੇ ਆ ਅੱਛਾ ਜੀ ਅਜੇ ਤਾਂ ਇਕੱਠੇ ਹੀ ਹੁੰਨੇ ਆ ਤੈਨੂੰ ਵਗਾ ਦੱਸੀ ਜਾਣੇ ਜਿੱਥੇ ਖੁਸ਼ੇ ਨੇ ਜਿੱਥੇ ਮਾਟ ਕੋਟਾਈ ਹੋਈ ਏ ਜਿੱਥੇ ਮਰੇ ਨੇ ਜਿੱਥੇ ਬੁੱਢੀਆਂ ਖੁਰਸੀਆਂ ਨੇ ਹਾਂਜੀ ਇਹ ਤਾਂ ਅਜੇ ਆਗਾ ਜਾਣਾ ਠੀਕ ਆ ਜੀ ਜਿਹਨੇ ਆਪਦੀਆਂ ਜਿੱਦੀਆਂ ਜਿਹੜਾ ਬੁੱਤ ਸੀ ਨਾ ਜਾਣਾ ਸੀ ਨਾ ਆਦੀਆਂ ਜਾਣਾ ਲੈ ਕੇ ਅੰਸੇ ਵੀ ਕੇ ਜਾਣੇ ਲਈ ਠੀਕ ਯਾਨੀ ਜਿਹੜਾ ਤੁਸੀਂ ਕਪੜਾ ਪਹਿਨੇ ਸੀ ਗਲ ਵਿੱਚ ਉਹੀ ਕਪੜਾ ਸੀ ਬਕਾਇਆ ਕੋਈ ਸਮਾਨ ਨਹੀਂ ਚੱਕਿਆ ਉਥੋਂ ਕਿਹੜੀ ਜਗ੍ਹਾ ਰੁਕੇ ਅੱਥੀ ਉਥੋਂ ਜੂ ਚੱਲੇ ਆ ਕਰਾ ਮਲਾਣਾੜਾ اچھا ਜੀ ਉਧੇ ਆਨ ਕੇ ਕਿ ਨਾੜਾ ਇਹ ਛਕਾ ਦਿੱਤੀ ਠੀਕ ਆ ਜੀ ਹਦਾ ਛਕਾ ਦੇ ਰਾਤ ਪਈ ਵੱਡੇ ਹੋਏ ਜਿਹੜੇ ਸਿੱਖਾਂ ਨੂੰ ਜੜੇ ਪਾਸੇ ਆਏ ਸੀ ਨਾ ਹਾਂਜੀ ਸਰੇ ਆਈ ਆ ਕਿ ਲੋੜ ਹੈ ਕਿ ਇਹ ਸਾਡੇ ਕਿਨ ਇਕੱਠੀ ਹੋ ਗਈ ਪੁੱਛਿਆ ਅੱਛਾ ਜੀ ਵੀ ਦੇਖੋ ਜ ਆ ਮੁਸਲਮਾਨ ਜਿਹੜੇ ਜਾਂਦੇ ਨੇ ਕਿ ਚਲੋ ਨੰ ਜਾਨਾ ਦੀ ਇਹ ਮਾਰ ਦਿੱਤੀ ਸਾਡੇ ਜਿਹੜੇ ਜਗਾਫਲਾ ਸੀ ਨਾ ਉਹਨਾਂ ਕੋ ਹਥਿਆਰ ਕੋਈ ਨਹੀਂ ਸੀ ਅੱਛਾ ਉਹ ਇਹ ਕਿਸੇ ਕੋ ਪਿਸਤੌਲ ਹੋਇਆ ਜਾਂਦਾ ਲੇਕਿਨ ਪਤਾ ਨਹੀਂ ਸੀ ਕਿਸੇ ਕੋਲ ਵੀ ਹੈਗਾ ਮਤਲਬ ਤੁਸੀਂ ਬਗੈਰ ਉਜ਼ਾਰਾਂ ਤੋਂ ਜਾਂ ਹਥਿਆਰਾਂ ਤੋਂ ਚੱਲੇ ਆਪਣੇ ਗੱਡਾ ਹੈਗਾ ਸੀ ਮਾਂ ਨਾ ਪੈਦਲ ਸੀ ਤੁਸੀਂ ਪੈਦਲ ਠੀਕ ਹੈ ਨਾ ਇਹ ਗਾਵੜਾ ਪੈ ਗਿਆ ਅੱਗੋਂ ਮਾਦੇ ਸ਼ਾਨੂ ਰੋਕ ਦਿਆ ਮਾਲੇਸ਼ ਆ ਕੁੜੀਆਂ ਤੇ ਸੀ ਐ ਅੱਛਾ ਜਿਹੜਾ ਗਾਫਲਾ ਸੀ ਦੂ ਮੇਲਿਆਂ ਦੇ ਵਿੱਚ ਜਾਂ ਦੇ ਵਿੱਚ ਉਹ ਅੱਛਾ ਜਿੰਨਾ ਆਸੇ ਪਾਸਿਆ ਪੈਨੇ ਸੀ ਹਾਂਜੀ ਆ ਇਕੱਠਾ ਹੋ ਕੇ ਫੇਟੋ ਮਲਾਣਾੜੇ ਆਨ ਕਿ ਕਿਹੜਾ ਤੋੜੇ ਕਾਫਲੇ ਨੂੰ ਕਿਹੜਾ ਪਹਿ ਗਿਆ ਹਾਂ ਮਲਾ ਮਨਾੜਾ ਜਿਹੜਾ ਉੱਠੀ ਕੇ ਨਾ ਅੱਛਾ ਤੇ ਸਿੱਖਾਂ ਦਾ ਪਈਆ ਕਿਹੜਾ ਕਿਹੜਾ ਤੁਹਾਨੂੰ ਪੈ ਗਿਆ ਸਿੱਖਾਂ ਦਾ ਤੁਹਾਡੇ ਕਾਫਲੇ ਨੂੰ ਕਾਫਲੇ ਸਾਡੇ ਅੱਛਾ ਇਹ ਵੇਲਾ ਜਿਹੜੇ ਪੁੱਛਦੇ ਨਿਆਨੇ ਸੀ ਹਾਂਜੀ ਜਿਹੜੇ ਗੋਦ ਵਿੱਚ ਸੀ ਬੱਚੇ ਗੋਦ ਵਾਇ ਉਹ ਲੋਕਾਂ ਨੇ ਘਾਪਾ ਕੇ ਬੁੜੀਆਂ ਲਾਪੇ ਖਿਚੇ ਅੱਛਾ ਤੇਰਾ ਸੋਨਾ ਚਾਂਦੀ ਸੀ ਹਾਂਜੀ ਉਹ ਵੀ ਲੋਕਾਂ ਨੇ ਅਹੀਂ ਜੇ ਮਕਾਇਦਾ ਛੱਟਾ ਜਾਈ ਜਾਏ ਯਾਨੀ ਆਪਣੀ ਜਾਨ ਅਜ਼ੀਜ਼ ਵਾਸਤੇ ਉਹਨਾਂ ਨੂੰ ਸੋਨਾ ਚਾਂਦੀ ਦੇ ਦਿੱਤਾ ਕਿ ਸਾਡੀ ਜਾਨ ਛੱਡ ਦੋ ਅਖੇ ਉਤਾ ਸਕਰ ਲੋਕਾਂ ਨੇ ਜਿਹੜਾ ਗਾਫਲਾ ਸੀ ਕਿ ਨਾ ਹਾਂਜੀ ਐ ਹੱਥ ਕਰ ਲੈ ਉੱਤੇ ਅੱਛਾ ਜੀ ਮਾਰਨੀ ਵੀ ਸਾਡੇ ਕੋਲ ਹੁਣ ਕੁਛ ਨਹੀਂ ਠੀਕ ਆ ਜਿਹੜਾ ਨਿਆਣਾ ਸੀ ਹਾਂਜੀ ਭੱਜਣ ਲੱਗੀਆਂ ਬੁੜੀਆਂ ਲੈ ਆਏ ਹਾਏ ਹਾਏ ਹੋਰ ਬੰਦ ਹੋ ਗਏ ਇਹ ਕਾਫਲਾ ਸੀ ਆਦਮੋਂ ਇਹਨਾਂ ਨੇ ਕਤਲਾਮ ਕਰ ਛੱਡਿਆ ਜਿਹੜੀਆਂ ਜੜੀਆਂ ਸੀ ਸੋਹਣੀਆਂ ਸੀ ਜੋਨਾ ਸੀ ਹਾਂਜੀ ਖਿੱਚ ਖਿੱਚ ਆਈਆਂ ਉਹ ਸਿੱਖ ਸੀ ਜਾਂ ਹਿੰਦੂ ਜਿਹੜੇ ਲੋਗ ਇੱਜ਼ਤਾਂ ਦੇ ਹੱਥ ਪਾਇਆ ਹਿੰਦੂ ਸੁਖ ਰਾਇ ਮੀਗੇ ਅੱਛਾ ਰਲਮੇ ਸੀ ਵਿਚੇ ਹੀ ਸਿੱਖਾ ਵਿਚੇ ਹੀ ਹਿੰਦੂ ਮਾਜੀ ਉਹਨਾਂ ਕੋ ਕਿਹੜਾ ਹਥਿਆਰ ਹਾਗੇ ਸੀ ਹਥਿਆਰ ਉਹਨਾਂ ਕੋ ਹੋਵੇ ਇਨਕਾ ਜਨਾਹ ਉਹਨਾਂ ਪਰ ਮੁਸਲਮਾਨਾਂ ਦਾ ਦਾਦੇ ਕੋਈ ਖਤਰਾ ਕੋਈ ਯਾਦ ਆ ਨਾਮ ਉਹਨਾਂ ਬਜ਼ੁਰਗਾਂ ਦੇ ਜਾਂ ਬੱਚਿਆਂ ਦੇ ਕਿਹਨਾਂ ਦੇ ਸੀ ਜਦੋਂ ਕਤਲ ਹੋਏ ਉਹ ਕਿਉਂ ਇਹ ਤੇ ਮਨਾਂ ਨਾਲ ਹੈ ਤੁਹਾਡੇ ਪਿੰਡ ਦੇ ਤੁਹਾਡੇ ਆਪਣੇ ਬਜ਼ੁਰਗ ਜਾਂ ਕੋਈ ਬਰਾਦਰੀ ਦੇ ਸਾਡੇ ਬਜ਼ੁਰਗ ਜਗਾ ਸੀ ਕਿ ਨਾ ਹਾਂਜੀ ਇੱਕ ਦਿਨ ਆ ਤਾਂ ਜੀਜਾ ਜੀ ਸੀਗਾ ਅੱਛਾ ਇੱਕੇ ਦਿਨ ਆ ਫਿਰ ਮੀਤਾ ਅੱਗੇ ਪਾਕਿਸਤਾਨ ਦੀ ਲੋਰ ਜੀ ਗੱਡੀ ਖੜੋਤੀ ਜੀ ਰੇਲ ਗੱਡੀ ਹਾਂ ਰੇਲ ਗੱਡੀ ਅੱਛਾ ਉਥੇ ਉਹ ਆਹ ਜਿਹੜਾ ਸੁਪੀਕੇ ਦੇਖਣਾ ਅਸੀਂ ਉਦੋਂ ਸੁਣਿਆ ਵੀ ਇਹ ਸੁਪੀਕਾ ਕਹਿੰਦੇ ਨਾਲ ਗਲਾ ਘਾਟੇ ਸਪੀਕਰਾਂ ਦੇ ਨਾਲ ਆਵਾਜ਼ ਆਉਂਦੀ ਸੀ ਉਸ ਤੋਂ ਪਹਿਲੇ ਤੁਸੀਂ ਸਪੀਕਰ ਨਹੀਂ ਸੀ ਵੇਖੇ ਨਾ ਠੀਕ ਆ ਸਪੀਕਰ ਵਿੱਚ ਕੀ ਆਵਾਜ਼ ਆਉਂਦੀ ਸੀ ਜਾਂ ਐਲਾਨ ਕੀ ਹੁੰਦਾ ਸੀ ਵੇ ਮੁਸਲਮਾਨ ਜਿਹੜੇ ਮਰ ਗਏ ਨੇ ਮਰ ਗਏ ਨੇ ਕਿ ਨਹੀਂ ਜਿਹੜੇ ਜਿੰਦੇ ਕੋਈ ਪਿੱਛੇ ਨਾ ਕਰਨੇ ਪਾਸਾ ਚਾਰ ਦਾ ਝੰਡਾ ਉਹ ਲੱਗਾ ਉਹਨਾਂ ਨੇ ਤੁਹਾਨੂੰ ਕਿਹਾ ਵੀ ਤੁਸੀਂ ਅਮਨੁਆਮਾਨ ਦੇ ਨਾਲ ਹੁਣ ਅੱਗੇ ਆ ਗਿਆ ਹੁਣ ਮਸਲਾ ਕੋਈ ਨਹੀਂ ਡਰ ਨਹੀਂ ਤੁਹਾਨੂੰ ਉਹ ਜਿਹੜਾ ਕੋਈ ਜਿਹੜਾ ਜੇ ਵੜਦੀ ਆ ਵੀ ਸੀ ਇੱਕ ਬੰਦੇ ਦੀ ਆ ਚੌਂ ਵੱਡੀ ਦਾ ਪੁੱਛਿਓ ਆਣਾੜ ਆ ਆ ਅੜੀ ਗਈ ਅੱਛਾ ਉਹ ਆਈ ਹੱਥ ਦੇ ਕੇ ਕਹਿੰਨਾ ਭੱਜ ਜਾਵੇ ਪਰ ਭਾਈ ਕਰਾਂ ਦੁਨੀਆਂ ਵੀ ਦੇਖੇ ਮਾਰਦਿਆਂ ਨੂੰ ਵੇਖ ਕੇ ਇਨਾ ਜੋਸ਼ ਸੀ ਜਿਹੜੇ ਵੱਡੇ ਟੁਕੇ ਸੀ ਉਹ ਵੀ ਭੱਜ ਜਾਂਦੇ ਸੀ ਯਾਨੀ ਜਿਹੜੇ ਜ਼ਖਮੀ ਸੀ ਉਹ ਉਹ ਵੀ ਚੱਲ ਰਿਹਾ ਸੀ ਧੜਾ ਧੜ ਆਪਣੀ ਮੰਨਦਲ ਦੀ ਤਰਫ ਪਾਜੇ ਚੱਲ ਅੱਛਾ ਜਾਨ ਪਾਜੇ ਜਾਵੇ ਠੀਕ ਆ ਪਾਖਾ ਚਾਨਾ ਭੱਜੇ ਚੱਟਾ ਜਾਂਦੇ ਅੱਗੇ ਗੱਡੀ ਖੜੋਤੀ ਫੇਰ ਤੁਸੀਂ ਰੇਲ ਗੱਡੀ ਤੇ ਬੈਠੇ ਮਾਂ ਹਾਂ ਰੇਲ ਗੱਡੀ ਤੇ ਰੇਲ ਗੱਡੀ ਤੋਂ ਉੱਥੋਂ ਬੈਠ ਕੇ ਫਿਰ ਕਿਵੇਂ ਚੱਲੇ ਅੱਗੇ ਕਿਹੜੀ ਜਗ੍ਹਾ ਆਏ ਰੇਲ ਗੱਡੀ ਤੋਂ ਉਹ ਘਾਂ ਜਾ ਕੇ ਕਾੜਾ ਅੱਛਾ ਆਗਾ ਇਹ ਫੇਰ ਇੱਥੋਂ ਨਹੀਂ ਚੱਲੀ ਕਿ ਨਾ ਗੱਡੀ ਭਰੀ ਭਰਾਤੀ ਕਿ ਨਾ ਹਾਂਜੀ ਇਹ ਲਾਹੌਰ ਗਈ ਅੱਛਾ ਕਸੂਰੋਂ ਲਾਹੌਰ ਚਲੇ ਗਏ ਤੁਸੀਂ ਹਾਂ ਠੀਕ ਆ ਇੱਥੋਂ ਇੱਥੋਂ ਹੀ ਹਾਂਜੀ ਦੁਨੀਆ ਕਿਆਂ ਚ ਫੇਰੇ ਛਤਰੀਆਂ ਲੈ ਕੇ ਪਾਕਿਸਤਾਨ ਦੇ ਆਏ ਬੇਮਾਰੇ ਕੁਟੇ ਦੁਨੀਆ ਆਈਏ ਹਾਂਜੀ ਮੀ ਪੈ ਨਾ ਕੋਈ ਛਤਰੀਆਂ ਲੈ ਖੜਾ ਤਾ ਕੋਈ ਕਹਿ ਨਾ ਕੀ ਕੀਕਾ ਜਿਹੜਾ ਤਾਂ ਬੈਠੋ ਬੈਠੇ ਹਾਂਜੀ ਉਹ ਬੈਠੀ ਟੀਕਾ ਮਾਰੀ ਜਾਣ ਜਿਹੜਾ ਉੱਥੇ ਬੈਠੇ ਹੋ ਉੱਥੇ ਸਾਰੇ ਜਿਹੜੇ ਦੇਖਣ ਆਏ ਉਹ ਵੀ ਟੀਕਾ ਮਾਰਨੇ ਹਾਂ ਯਾਨੀ ਤੁਹਾਡੀ ਹਾਲਤ ਜਾਂ ਤੁਹਾਡੇ ਲੋਕਾਂ ਦੀ ਇੰਨੀ ਹਾਲਤ ਬੁਰੀ ਸੀ ਕਿ ਹਰ ਬੰਦਾ ਦੇਖ ਕੇ ਇੱਕ ਦੂਸਰੇ ਨੂੰ ਰੋਂਦਾ ਸੀ ਰੋਂਦਾ ਸੀ ਉਹ ਵਕਤ ਮਾ ਬੜਾ ਭੈੜਾ ਸੀ ਲੇਕਿਨ ਇਹ ਵਕਤ ਹਨਾ ਨਾ ਵੀ ਕਿਸੇ ਕੋਲ ਲੇਕਿਨ ਮਾ ਇਹ ਮੈਨੂੰ ਗੱਲ ਦੀ ਸਮਝ ਨਹੀਂ ਆਂਦੀ ਤੁਸੀਂ ਇਹ ਕਹਿ ਰਹੇ ਕਿ ਪੁੱਤ ਜਦੋਂ ਅਸੀਂ ਉੱਥੇ ਰਹਿੰਦੇ ਸੀ ਹਿੰਦੂ ਸਿੱਖ ਮੁਸਲਮਾਨ ਇਕੱਠੇ ਰਹਿੰਦੇ ਸੀ ਉਦੋਂ ਮੁਹੱਬਤ ਪਿਆਰ ਹੈ ਸੀ ਲੇਕਿਨ ਜਦੋਂ ਅਜਾੜਾ ਪਿਆ ਉਦੋਂ ਕੀ ਫਿਰ ਨਫ਼ਰਤ ਪਈ ਕਿਸ ਵਜ੍ਹਾ ਨਾਲ ਪਈ ਨਫ਼ਰਤ ਮਾਜੂਦਾਰ ਅੱਛਾ ਮਜ਼ਹਬ ਦਾ ਉਦੋਂ ਕਾਰਡ ਚੱਲਿਆ ਮੈਨੂੰ ਬਤਾ ਕੇ ਮੁਸਲਮਾਨ ਇਹਨਾਂ ਨੂੰ ਮਾਰੋ ਬਈ ਮੁਸਲਮਾਨਾਂ ਨੂੰ ਮਾਰੋ ਠੀਕ ਆ ਇਹ ਇਹ ਅੱਗੇ ਪਹਿਲਾਂ ਆਨੇ ਲੱਤੀਏ ਖਤਰੀ ਜੜੇ ਲੇ ਕੇ ਅੰਦਰਾਂ ਗਾਂਧੀ ਕੇ ਹਾਂਜੀ ਇਹਨੇ ਨਸੀ ਕਿ ਵੀ ਤੁਸੀਂ ਜੇ ਤੁਹਾਨੂੰ ਮੁਸਲਮਾਨ ਛਿੱਤਰੀ ਵੀ ਮਾਰਨ ਖੈਣਾ ਤੇ ਤੁਸੀਂ ਆਹ ਚੱਟੇ ਫੜਾਓ ਇਹ ਸਾਰੀ ਹਿੰਦੀ ਏ ਠੀਕ ਆ ਹਾਂ बाबा ਕੈਦੀ ਆਈ ਮਨੇ ਪਤਾ ਲੱਗਾ ਕਿ ਉਹਨੇ ਆਨ ਕੇ ਚੱਕ ਕੇ ਦੂਸਤ ਕੱਢ ਕੱਢ ਕੇ ਕਿ ਨਾ ਤੇ ਆ ਟੁਕੜਾ ਆਇਨਾ ਪਾਕ ਤਾਂ ਦਾ ਉਹਨੇ ਮਾਈ ਨੇ ਤੇ ਬਾਬੇ ਕੈਦੀ ਆਈ ਮਨੇ ਜਦੂਸ ਕੱਢ ਕੱਢ ਕੇ ਕਿ ਨਾ ਤੇ ਇਹ ਮਨਜ਼ੂਰੀ ਲੈ ਕੇ ਬਾਹਰ ਦੇ ਮੁਲਕਾ ਤੋਂ ਤੇ ਆ ਪਾਕ ਤਾਂ ਬਣ ਤਹਿਰੀਕ ਚੱਲੀ ਇੱਕ ਮਾਂ ਜੀ ਮੈਂ ਸਮਝਦਾ ਕਿਉਂਕਿ ਤੁਸੀਂ ਮਤਲਬ ਉਦੋਂ ਥੋੜੀ ਉਮਰ ਸੀ ਗੱਲ ਯਾਦ ਹੈ ਹਾਂਜੀ ਗੱਲਾਂ ਤੁਹਾਨੂੰ ਯਾਦ ਆ ਕਿ ਇੱਕ ਟੁਕੜਾ ਆਜ਼ਾਦ ਟੁਕੜਾ ਮੁਸਲਮਾਨਾਂ ਵਾਸਤੇ ਅਲੱਦਾ ਬਣਾਇਆ ਹਾਂ ਉਸ ਤੋਂ ਬਾਅਦ ਮੈਂ ਫਿਰ ਤੁਸੀਂ ਉਕਾੜੇ ਆ ਗਏ ਲਾਹੌਰੋਂ ਨਹੀਂ ਨਹੀਂ ਲਾਇਤ ਸੀ ਦੀ ਯਰੀ ਗੜੀ ਥੋਬ ਦੀ ਜਿੱਕਤੀ ਕੀ ਗਈ ਨਾ ਹਾਂਜੀ ਇਹ ਸਾਰੀ ਲਾਹੌਰ ਗਈ ਜਾਂ ਨਿਸ਼ਾਨਾ ਅੱਛਾ ਉੱਥੇ ਜਾ ਕੇ ਤੁਹਾਨੂੰ ਆਖਿਆ ਬੇ ਇੱਕ ਤਾਂ ਹੱਦ ਪਈ ਇਹ ਇਹ ਨਾ ਤਾਂ ਦੀ ਚਪਾ ਕਾ ਤਾਂ ਹਾਂਜੀ ਹਾਂ ਜਦ ਇਹ ਯਟ ਪਾਕਤਾਂ ਦੀ ਜਾਂ ਹੰਡਤਾਂ ਦੀ ਇਹ ਇੱਜ਼ਤ ਜੜੀਏ Hindu ਦੀ ਵੀ ਉਹ ਜੀ ਹਾਂਜੀ ਮੁਸਲਮਾਨ ਦੀ ਵੀ ਉਹ ਬਿਲਕੁਲ ਸਹੀ ਕਿਹਾ ਮਾ ਜੀ ਛੋੜੇ ਦੀ ਵੀ ਉਹ ਜੀ ਹਾਂਜੀ ਇਹ ਤਾਂ ਸਾਰੀ ਇੱਕੋ ਜੀ ਹੈ ਮੇਰੇ ਵੀ ਮੈਨੂੰ ਆਪਦੀ ਜਿੱਤੂ ਪਿਆਰੀ ਹਾਂਜੀ ਤੈਨੂੰ ਤੇਰੀ ਜਿੱਤੂ ਪਿਆਰੀ ਠੀਕ ਆ ਜੀ ਹੈ ਇਹ ਰਾਜ ਮੇਕੇ ਕਿ ਨਾ ਇਹ ਕਮੋਂ ਦੀ ਜਦੋਂ ਅਮਨਾ ਮਾਨੂ ਅਭਿਆਨ ਫੇਰ ਦੁਨੀਆ ਭੁਖੀ ਮਰਨ ਲਾ ਪੀ ਲਾ ਪੀ ਲੇ ਚਾਰ ਕਿਲ ਫਟਾਕਾਂ ਰਾਸ਼ਨ ਦੀਆਂ ਗਵਰਨਮੈਂਟ ਨੇ ਲੋਰ ਚਲਾਤੀਆਂ ਅੱਛਾ ਵੀ ਦੁਨੀਆ ਲੁਟਰੀ ਫੁਟੀ ਚਾਈ ਵੇਲੇ ਗੱਡੀਆਂ ਫਰੀ ਕੀ ਆ ਗਈਆਂ ਨਹੀਂ ਹੈ ਹਾਂਜੀ ਚਾਰ ਫਟਾਕਾਂ ਰਾਸ਼ਨ ਦੀਆਂ ਦੇਣੀਆਂ ਹਰ ਚੀਜ਼ ਦੀਆਂ ਬਿਲੇ ਘਰ ਜਾ ਕੇ ਇਹ ਆਉਂਦੇ ਆ ਬੱਚਿਆਂ ਕੋਲ ਤੁਹਾਨੂੰ ਉਥੇ ਕੈਂਪੇਨ ਚੋਂ ਰਾਸ਼ਨ ਮਿਲਿਆ ਉਸ ਤੋਂ ਬਾਅਦ ਤੁਸੀਂ ਫਿਰ ਐਸ 375 ਚੱਕੇ ਚ ਕਿਵੇਂ ਆਏ ਆ ਇਹ ਤਾਂ ਪਤਾ ਨਹੀਂ ਪਉਤੇ ਇਹ ਤਾਂ ਕਹ ਰਾਮੈ ਨੂੰ ਪਤਾ ਸੀ ਤੱਕ ਕੋਈ ਘਾਹ ਜਾਰਾ ਥਾ ਮਾ ਤੇ ਕੋ ਉਹ ਜਿਹੜੇ ਐ ਤੇ ਜਾਰਾ ਥਾ ਮਾ ਤੇ ਆਏ ਮੋਨਾ ਉਹਨਾਂ ਚੱਕਾ ਇਹ ਨਾ ਪਾਕਿਸਤਾਨ ਦੇ ਚੱਕਰਾਂ ਮੈਨੂੰ ਨਹੀਂ ਪਤਾ ਮੈਂ ਅਥੇਨ ਕਰ ਰਹੀ ਪਹਿਲਾਂ ਵਸਦੇ ਸਾਂ ਹਾਂਜੀ ਹਿੰਦੂ ਵੀ ਹੋਾਈ ਮੁਸਲਮਾਨ ਵੀ ਹੋਾਈ ਸਹੀ ਰਾਜ ਕੇ ਰਹਿੰਦੇ ਸਾਂ ਇਹ ਜਿਹੜਾ ਰਵਾ ਪਿਆ ਨਾ ਉਦੋਂ ਵੇ ਆ ਬਾਜਟਿਕ ਆ ਤੇ ਖੋ ਖਿੰਝ ਇਹ ਮੰਡੇ ਤੋਂ ਪਈ ਠੀਕ ਆ ਵੰਡ ਤੋਂ ਬਾਅਦ ਪਈ ਆ ਹਾਂ ਤੇ ਉਹ ਵਕਤ ਤੁਹਾਨੂੰ ਯਾਦ ਆ ਤੁਸੀਂ ਕਹਿੰਦੇ ਪੁੱਤ ਭੁੱਲਦਾ ਨਹੀਂ ਉਹ ਵਕਤ ਤੁਹਾਨੂੰ ਨਹੀਂ ਭੁੱਲਿਆ ਕਿਆ ਤੁਹਾਨੂੰ ਕਦੀ ਪਿੰਡ ਯਾਦ ਆਇਆ ਬਾਅਦ ਵਿੱਚ ਕਦੀ ਸੁਖਨੇ ਚ ਆਇਆ ਪਿੰਡ ਹਮੇਸ਼ਾ ਹਮੇਸ਼ਾ ਹੀ ਵਾ ਹੋਏ ਜੀ ਫੋਟੋ ਮਾੜਿਆ ਉਹ ਨਹੀਂ ਜਾ ਸਕ ਪੁੱਲ ਮਾ ਅਗਰ ਉਸੇ ਹਾਲੇ ਤੁਹਾਡਾ ਘਰ ਮਿਲੇ ਤੇ ਤੁਸੀਂ ਘਰ ਪਛਾਣ ਲੂਗੇ ਆਪਣਾ ਜੇ ਉਹ ਖਰੋਤਾ ਆ ਤਾਂ ਪਛਾਣੂ ਠੀਕ ਆ ਜੇ ਉਹ ਟਾਇ ਟੁੱਟ ਗਿਆ ਤਾਂ ਮੈਂ ਕਿੱਥੋਂ ਜ਼ਮੀਨ ਨੂੰ ਪਛਾਣਾ ਨਹੀਂ ਏ ਠੀਕ ਆ ਮੈਂ ਅੱਜ ਦੀ ਬੈਠਕ ਸਾਡੀ ਗੱਲਬਾਤ ਨਿਆਜ਼ਾ ਬੀਬੀ ਨਾਲ ਹੋਈ ਆ ਜਿਹੜੇ ਕੌਮ ਦੇ ਪੱਟੀ ਸੀ ਰਾਜਪੂਤ ਇਹਨਾਂ ਦੀ ਬੜੀ ਦਰਦਨਾਕ ਕਹਾਣੀ ਸੀ ਕਿ ਪੁੱਤ ਉਹ ਵਕਤ ਨਾ ਆਵੇ ਉਹ ਵਕਤ ਸਾਨੂੰ ਨਹੀਂ ਭੁੱਲਦਾ ਕਿ ਜਿਹੜੇ ਵਕਤ ਦੇ ਨਾਲ ਅਸੀਂ ਪਾਕਿਸਤਾਨ ਆਏ ਆ ਬੜੇ ਖੁਸ਼ਹਾਲ ਇਲਾਕੇ ਚ ਔਰ ਖੁਸ਼ਹਾਲ ਜ਼ਿੰਦਗੀ گزار ਰਹੀ ਸੀ ਲੇਕਿਨ ਜਦੋਂ ਇਹ ਵਕਤ ਅਜਾੜੇ ਦਾ ਪਿਆ ਆਜ਼ਾਦੀ ਹਾਸਲ ਜ਼ਰੂਰ ਕੀਤੀ ਲੇਕਿਨ ਇਹ ਆਜ਼ਾਦੀ ਦੇ ਨਾਲ ਅਸੀਂ ਬਹੁਤ ਮੁਸ਼ਕਲ ਵਕਤ گزارਿਆ ਖੂਨ ਖਰਾਬਾ ਦੇਖਿਆ ਤੇ ਖੂਨ ਖਰਾਬੇ ਤੋਂ ਬਾਅਦ ਬਹੁਤ ਸਾਰੀਆਂ ਜਾਨਾਂ ਇਸ ਆਜ਼ਾਦੀ ਦੇ ਵਿੱਚ ਕੁਰਬਾਨ ਹੋਈਆਂ ਸਾਡੇ ਆਪਣੇ ਪਿੰਡ ਦੇ ਲੋਕ ਕੁਰਬਾਨ ਹੋਏ ਸਾਡੇ ਆਲਦੋਲੇ ਪਿੰਡਾਂ ਦੇ ਲੋਕ ਕੁਰਬਾਨ ਹੋਏ ਮਾਂਜੀ ਨੇ ਇਹ ਵੀ ਵਾਕਿਆ ਜ਼ਿਕਰ ਕੀਤਾ ਕਿ ਉਸ ਵਕਤ ਜਿਹੜੀਆਂ ਨਹਿਰਾਂ ਸੀ ਨਹਿਰਾਂ ਦੇ ਵਿੱਚ ਜਿਹੜੇ ਉਹਨਾਂ ਦੇ ਬੱਚੇ ਸਟੇ ਬੱਚੇ ਸਟੇ ਔਰ ਉਹ ਪੁਲ ਦੇ ਹਿੱਸੇ ਦੇ ਜਿਹੜੇ ਪਾਣੀ ਗੁਜ਼ਰਦਾ ਸੀ ਇੰਨੀਆਂ ਕ ਲਾਸ਼ਾਂ ਸੀ ਕਿ ਪਾਣੀ ਵੀ ਗੁਜ਼ਰਨਾ ਬੰਦ ਹੋ ਗਿਆ ਇਸ ਹੁਣ ਤੁਹਾਡੇ ਕੋਲੋਂ ਇਜਾਜ਼ਤ ਮੰਗਦੇ ਆ ਮੁਹੰਮਦ ਜਵੇਦ ਇਕਬਾਲ ਜੱਟ ਨੂੰ ਇਜਾਜ਼ਤ ਦਿਓ ਫਿਰ ਨਵੀਂ ਜਗ੍ਹਾ ਹਾਜ਼ਰ ਹੋਵਾਂਗੇ ਅਸਲਾਮੁਅਲੈਕਮ